ਲਓ ਜੀ ਬਾਈ, ਖਰਤੀ ਜਾਉਣੀ ਉਹਦੀ ਡਿਲੀਵਰੀ ਡਾਇਰੈਕਟਰ ਦੀ 5510। ਮੁਬਾਰਕਾਂ ਜੀ ਬਹੁਤ ਬਹੁਤ ਸਾਰਿਆਂ ਨੂੰ। ਮੁਬਾਰਕਾਂ ਵੀਰੇ ਸਾਰਿਆਂ ਨੂੰ ਜੀ ਟਰੈਕਟਰ ਦੀਆਂ ਜੀ। ਠੀਕ ਹੈ ਜੀ, ਕਿਹੜਾ ਪਿੰਡ ਹੈ ਵੀ ਇਹਨਾਂ ਦਾ ਜੀ? ਆਪਣਾ ਆਨੰਦਪੁਰ ਸਾਹਿਬ ਦੇ ਲਾਗੇ ਹਰਸਾ ਵੇਲਾ। ਹਰਸਾ ਵੇਲਾ ਜੀ, ਠੀਕ ਹੈ ਠੀਕ ਹੈ। ਤੁਸੀਂ ਜੌਨ ਡੀਅਰ ਲਿਆ ਜੀ CRDI ਜੀ? ਪਹਿਲਾਂ ਵੀ ਕੋਈ ਟਰੈਕਟਰ ਦਾ ਜੌਨ ਡੀਅਰ ਪਹਿਲੀ ਵਾਰ ਲੈ ਰਹੇ? ਪਹਿਲਾਂ ਲਿਆ। ਅੱਛਾ, ਪਹਿਲਾਂ ਲਿਆ, ਪਹਿਲਾਂ ਵੀ ਥਾਂ ਜੌਨ ਡੀਅਰ। ਅੱਛਾ ਜੀ, ਪਹਿਲਾਂ ਵੀ ਜੌਨ ਡੀਅਰ ਸਨ? ਠੀਕ ਹੈ ਜੀ। ਤੇ ਅੱਛਾ 51 ਜੀ ਉਹ 3 ਦਾ ਜੀ? ਹਾਂ ਠੀਕ ਹੈ, 6-7 ਸਾਲ ਚਲਾ। ਉਹ ਵੀ ਟਰੈਕਟਰ ਬਹੁਤ ਵਧੀਆ ਤੇ ਜੀ, ਉਹ ਤਾਂ ਬਸ ਹਾਂ ਜੀ ਪਾਣੀ ਚ ਬੰਦੇ ਆ। ਅੱਛਾ ਠੀਕ ਹੈ, ਇਹ ਨਹੀਂ ਜਦ ਮੈਨੂੰ ਪਤਾ ਬਾਅਦ 6 ਮਹੀਨੇ ਬਾਅਦ ਲੱਗਿਆ। ਠੀਕ ਹੈ ਜੀ, ਕੰਮ ਆਪਣਾ ਕਹਤਾ ਖੇਤੀਬਾੜੀ ਦਾ ਕੇ ਟਾ? ਅੱਛਾ, ਖੇਤੀਬਾੜੀ ਦੇ ਕੰਮ ਆ, ਠੀਕ ਹੈ। ਬਾਕੀ ਚਲੋ ਠੀਕ ਹੈ ਜੀ, ਮੁਬਾਰਕਾਂ ਸਾਨੂੰ ਸਭ ਨੂੰ ਜੀ। ਹਾਂਜੀ, ਹੋਰ ਬਾਬੂ ਵੀਰੇ ਵਧੀਆ ਕਰਤੀਆਂ ਵਧਾਈਆਂ ਟਰੈਕਟਰ ਦੀਆਂ ਹੋ ਗਈਆਂ? ਚੱਲ ਵਧੀਆ ਬਾਈ। ਬਾਕੀ ਸਾਡਾ ਵੀਰ ਹਰਪ੍ਰੀਤ ਸਾਡੇ ਨਾਲ, ਹੋਰ ਹਰਪ੍ਰੀਤ ਵੀਰੇ ਵਧੀਆ ਬਾਈ ਜੀ? ਠੀਕ ਹੈ ਬਾਈ। ਹਾਂਜੀ, ਤੇ ਆਪਣਾ ਬਾਈ CRDI ਮਾਡਲ ਬਾਰੇ ਥੋੜੀ 1-1.5 ਮਿੰਟ ਦੀ ਜਾਣਕਾਰੀ ਬਾਈ ਦੇ ਦੀ ਆਪਣੇ ਬੰਦਿਆਂ ਨੂੰ? ਕੋਈ ਨਹੀਂ ਕੋਈ ਨਹੀਂ, ਹਾਂ ਮਾੜਾ ਦੱਸ ਦੇ ਸਾਰਾ ਕੁਝ। CRDI ਬਾਰੇ ਬਾਈ, ਮਾੜਾ ਉੱਚੀ ਬੋਲ ਵੀਰੇ। ਆ ਤਾਂ ਤੁਹਾਡਾ ਪੂਰੇ ਇਹਨਾਂ ਨੇ EGR ਲਾਇਆ ਵਾ ਬਾਈ? ਠੀਕ ਹੈ ਜੀ। ਹਾਂ, ਇਹਦੇ ਵਿੱਚ IGR ਆ ਬਾਈ? ਹਾਂ, EGR ਸਿਸਟਮ। ਠੀਕ ਹੈ, ਹਾਂ ਬਾਕੀ ਹਰ ਵੀ ਆਹ ਪੰਪ ਬਾਈ ਜਮਾ ਹੀ ਛੋਟਾ ਜਿਹਾ ਕਰਦਾ ਇਹਨੂੰ ਹਨਾ? ਬਾਈ ਇਹ ਟੁੱਲੂ ਪੰਪ ਵਾਲਾ ਹੀ ਕੰਮ ਕਰਦਾ। ਅੱਛਾ, ਇਹਨੇ ਸਿਰਫ ਇਹਨੇ ਪਿੱਛੇ ਦੇ ਤੇਲ ਸਿਰਫ ਪ੍ਰੈਸ਼ਰ ਨਾਲ ਖਿੱਚ ਕੇ ਗਾਹਾਂ ਧੱਕਣਾ, ਗਾਹਾਂ ਸਿਰਫ ਨੋਜ਼ਲਾਂ ਨੂੰ ਪ੍ਰੈਸ਼ਰ ਨਾਲ ਤੇਜ਼ ਸਪਲਾਈਗਾ, ਹੋਰ ਕੋਈ ਕੰਮ ਨਹੀਂ ਇਹਦਾ। ਠੀਕ ਹੈ ਬਾਈ, ਠੀਕ ਹੈ ਬਾਈ। ਪੂਰੇ ਟਰੈਕਟਰ ਚ 13 ਸੈਂਸਰ ਲੱਗੇ ਹੋਏ ਜੀ? ਬਾਕੀ ਲੱਗ ਗਏ ਗੇਅਰ ਵਾਲੇ ਦੇ ਪਿੱਛੇ ਵਾਲੇ ਤਾਂ ਜਿਹੜੇ ਹੈਗੇ ਪੰਜ ਚਾਰ ਉਹ ਲੱਗ ਗਏ 13 ਸੈਂਸਰ ਲੱਗੇ। ਠੀਕ ਹੈ ਬਾਈ, ਹਾਂ ਜਿਹੜੇ ਇੰਜਣ ਪਰ 13 ਸੈਂਸਰ। ਠੀਕ ਹੈ ਬਾਈ, ਬਾਕੀ ਬਾਈ ਇੰਜਣ ਤਾਂ ਉਹੀ ਹੈ ਪੁਰਾਣਾ ਹੀ? ਹਾਂ, ਇਹ ਇੰਜਣ ਬਾਕੀ ਸੇਮ ਉਹੀ, ਬਾਕੀ ਪਿਸਟਨ ਵਿੱਚ ਵਾਲਾ ਸਿਸਟਮ ਤਾਂ ਸੇਮ ਉਹੀ ਹੈ। ਅੱਛਾ, ਬਸ ਉੱਪਰੋਂ ਹੀ ਆ ਚੀਜ਼ਾਂ ਐਕਸਟਰਾ ਲਾਈਆਂ ਦਾ ਫਰਕ ਕਰਿਆ ਆਪਣੇ ਸੈਂਸਰ ਸਿਸਟਮ ਕਰਿਆ ਹੋਇਆ ਸਾਰਾ। ਠੀਕ ਹੈ ਬਾਈ, ਹਾਂ ਰੇਸ ਰੂਸ ਨੂੰ ਵੀ ਸੈਂਸਰ ਲਾਇਆ ਹੋਇਆ। ਠੀਕ ਹੈ, ਬਾਕੀ ਬਾਈ ਟਰਬੋ ਇੰਜਣ ਦੇ ਨਾਲ ਹੈ ਜੀ। ਠੀਕ ਹੈ, ਡੀਜ਼ਲ ਆਹ ਡੀਜ਼ਲ ਕੂਲਰ ਲਾਇਆ ਬਾਈ? ਆਹ ਬਾਈ ਇੰਟਰਕੂਲਰ ਇਹ ਤਾਂ ਆਉਂਦਾ ਹੀ ਆ ਬਾਈ, ਇਹ ਇਹ ਮਤਲਬ ਕਿ ਹਵਾ ਨੂੰ ਠੰਡੀ ਕਰਦਾ ਹੈ, ਠੰਡੀ ਕਰਦਾ। ਆਹ ਬਾਈ ਡੀਜ਼ਲ ਵਾਲਾ ਡੀਜ਼ਲ ਕੂਲਰ? ਅੱਛਾ, ਡੀਜ਼ਲ ਨੂੰ ਠੰਡਾ ਕਰਦਾ ਬਾਈ, ਇਹਦੀ ਵੀ ਲੋਡ ਹੁੰਦੀ ਆ? ਅੱਛਾ, ਡੀਜ਼ਲ ਘੱਟ ਜੇ ਬਾਈ, ਜਿਹੜਾ ਐਵਰੇਜ ਨੂੰ ਫਰਕ ਪੈ ਜਾਂਦਾ, ਡੀਜ਼ਲ ਠੰਡਾ ਹੋ ਜਾਂਦਾ, ਨਹੀਂ ਗਰਮ ਹੋ ਕੇ ਇਦਾਂ ਡੀਜ਼ਲ ਉੜ ਜਾਂਦਾ, ਗਰਮ ਹੋ ਕੇ ਡੀਜ਼ਲ ਵੱਧ ਜਲਦਾ। ਠੀਕ ਹੈ ਬਾਈ, ਬਾਕੀ ਆਹ ਸਾਈਡ ਤੇ ਦੱਸ ਦੇ ਬਾਈ, ਆਹ ਕੀ ਆਈਟਮ ਲਾਈ ਬਾਈ? ਆਹ ਇਹ OC ਵੀ ਲਾਇਆ ਵਾ ਬਾਈ। ਅੱਛਾ, ਜਿਹੜਾ ਮਗਲੇਲ ਆਪਾਂ ਕਹਿੰਦੇ ਬਲੋ ਵਾਲੇ ਮਾਰਦਾ ਤੇਲ, ਬਲੋ ਮਾਰ, ਹਾਂ ਹਾਂ ਹਾਂ, ਬਲੋ ਵਾਲੇ ਚ ਵੀ ਤੇਲ ਕੱਢ ਕੇ ਇੰਜਨ ਚ ਪਾ ਦਿੰਦਾ। ਅੱਛਾ, ਜਿਹੜੀ ਮਤਲਬ ਕੀ ਭਾਫ ਹੈ? ਹਾਂ, ਭਾਫ ਚ ਵੀ ਤੇਲ ਕੱਢ ਦਿੰਦਾ। ਅੱਛਾ, ਤੇਲ ਕੱਢ ਕੇ ਦੁਬਾਰੇ ਆ ਦੇਖੋ ਪਾਈਪ ਲੱਗੀ ਹੋਈ ਦੁਬਾਰੇ। ਠੀਕ ਹੈ ਠੀਕ ਹੈ, ਗੇਰਦਾ। ਓਕੇ ਬਾਈ, ਬਾਕੀ ਤਾਂ ਆਦਾ ਚੀਜ਼ ਉਦਾਂ ਹੀ ਮੈਨੂ ਲਈ ਪਹਿਲਾਂ ਮੰਗਣੇ ਹਨਾ? ਠੀਕ ਹੈ, ਡੀ ਆਪਣਾ ਆਇਲ ਫਿਲਟਰ ਫਿਲਟਰਾਂ ਦਾ ਸਾਰਾ ਕੁਝ ਫਰਕ ਪੈ ਗਿਆ ਇਹਨਾਂ ਦਾ। ਅੱਛਾ, ਇਹ ਜੀ ਵੀ ਜੇ ਇਹ ਹੁਣ ਫਿਲਟਰ ਬੜਾ ਨਹੀਂ ਕਰਤਾ ਅੱਗੇ ਨਾਲ? ਹੂੰ ਵੀ ਫਰਕ ਆ। ਅੱਛਾ, ਬੜਾ ਕਰਤਾ। ਠੀਕ ਹੈ, ਬਾਕੀ ਹੌਸ ਪਾਵਰ ਇਹਦੀ 55 ਹੀ ਹਨਾ? 57 ਬਾਈ। ਅੱਛਾ, 57 HP ਚ ਕਰਤਾ। ਠੀਕ ਹੈ, ਇਹ ਬਾਈ 50 ਵੀ ਹੋ ਜਾਂਦਾ ਏ। ਠੀਕ ਆ, ਸੋਚ ਲੱਗੀ ਵੀ ਇਹਨੂੰ ਆ, ਬਾਕੀ ਅੱਛਾ ਸੋਚਿਆ ਇਹਨੂੰ। ਠੀਕ ਆ, ਓਕੇ, ਹਾਂ ਬਾਈ ਆ ਸੋਚਿਆ ਇੱਕੋ ਸੱਤ। ਠੀਕ ਆ ਜੀ,
ਤੇ ਬਾਕੀ ਬਾਈ ਨੇ ਛਤਰੀ ਲਾ ਕੇ ਦਿੱਤੀ ਹੈ, ਵੈਸੇ ਇਹਨੂੰ ਨਾਲ ਲਿਆਉਂਦੀ ਬਾਈ ਕੰਪਨੀ ਵੱਲੋਂ, ਇਹ ਛਤਰੀ ਬਾਈ ਨੇ ਐਕਸਟਰਾ ਲਾਈ ਆਪਣੀ। ਛਤਰੀ ਬਾਈ ਤੁਸੀਂ ਅਲੱਗ ਲਾਈ ਹੈ ਨਾ ਜੀ? ਹਾਂ ਇਹ ਵਿੱਚੇ ਬਾਈ ਉਹ ਕਰੀ ਤੀ ਇਹਨਾਂ ਨੇ, ਸੋਚੇ ਤੇ ਵਿੱਚੇ ਪੈਸੇ ਦਿੱਤੇ ਤੇ ਸਾਨੂੰ। ਅੱਛਾ ਪਹਿਲਾਂ ਹੀ ਗੱਲ ਹੋਈ ਵੀ? ਪਹਿਲਾਂ ਹੀ ਗੱਲ ਹੋਈ ਵੀਰੇ। ਨਹੀਂ ਛਤਰੀ ਤੁਸੀਂ ਵਿੱਚੇ ਕਰੀ ਦੀ ਪਹਿਲਾਂ ਹੀ? ਹਾਂ ਵਿੱਚੇ ਕਰੀ ਦੀ। ਠੀਕ ਆ ਠੀਕ ਆ ਬਾਈ। ਤੇ ਬਾਈ ਨੇ ਰੋਪੜ ਤੋਂ ਆਪਣਾ ਪਹਿਲੀ ਸੀਆਰਡੀ ਚੱਲਿਆ ਰੋਪੜ ਡੀਲਰਸ਼ਿਪ ਤੇ? ਹਾਂ ਜੀ ਹਾਂ ਜੀ। ਤੇ ਸਾਡੀ ਰੋਪੜ ਡੀਲਰਸ਼ਿਪ ਤੋਂ ਬਾਈ ਪਹਿਲਾ ਟਰੈਕਟਰ ਦੇ ਰਹੇ ਹਾਂ, 52 ਦਾ ਇਹਨਾਂ ਨੇ ਕਈ ਦੇ ਲਏ ਉਰੇ ਤੇ। ਬਾਕੀ ਸਾਡਾ ਬੰਦਾ ਉਹ ਦੂਆ ਵੀ ਆਇਆ ਹੋਇਆ ਬਾਈ, ਆਪਣਾ ਜਿਹੜਾ ਬੈਂਕਾਂ ਦਾ ਜੌਂਡੀ ਦਾ ਲੋਨ ਕਰਦਾ, ਉਹ ਨੀ ਬਾਈ ਆਉਂਦਾ ਹੁਣ ਫੋਨ ਚ, ਘੱਟ ਵੱਧੇ ਆਉਂਦਾ ਉਹ। ਉਹ ਮੁੰਡਾ ਬਾਈ ਜਿਹੜਾ ਕਿਆ ਨਾਮ ਬਾਈ ਵੀਰ ਦਾ ਉਹਦਾ, ਅਮਨਾ ਬਾਈ ਨੀ ਆਇਆ, ਉਹ ਸਾਡਾ ਅੰਦਰ ਖੜਾ ਬਾਈ ਉਹਦੇ। ਉਹਨੂੰ ਕਿਆ ਹੋ ਗਿਆ ਬਾਈ ਅੱਜ ਉਹਦੇ? ਗਰਮੀ ਲੱਗ ਗਈ ਬਾਈ। ਆਇਆ ਤੂੰ ਵੀ ਬਾਈ? ਕੱਲ ਤਿੰਨ ਸਰਸਾਂ ਕਰਕੇ ਬੰਦਾ ਬਿਮਾਰ ਹੋ ਗਿਆ ਅਮਨਾ ਬਾਈ। ਹਾਂ ਬਾਈ ਕੱਲ ਇਹਦੇ ਤੁਸੀਂ ਕੰਮ ਜ਼ਿਆਦਾ ਕਰਾ ਲਿਆ, ਪਰਸੋਂ ਕੰਮ ਜ਼ਿਆਦਾ ਕਰਾ ਲਿਆ ਬਾਈ। ਕੱਲ ਵਿਚਾਰਾ ਅਮਨ ਆ ਜਾ ਵੀਰੇ, ਆਜਾ ਆ ਜਾ। ਲੈ ਬਾਈ ਸਟਾਰਟਿੰਗ ਦੇਖੋ, ਕਾਰ ਵਰਗੀ ਸਟਾਰਟਿੰਗ ਆ। ਲੈ ਲੈ ਬਾਈ, ਪਤਾ ਹੀ ਨਹੀਂ ਲੱਗਦਾ ਵੀ ਟਰੈਕਟਰ ਸਟਾਰਟ ਹੋਇਆ, ਜਮਾਂ ਹੀ ਕਾਰ ਵਾਲੀ ਉਹ ਫੀਲਿੰਗ ਆਉਂਦੀ ਬਾਈ ਸਟਾਰਟਿੰਗ ਕਰਕੇ ਵੀ। ਆ ਜਾ ਵੀਰੇ ਆ ਜਾ। ਲਓ ਜੀ ਬਾਈ ਚੱਲਿਆ 53-10 ਇੱਕ ਹੋਰ ਟਰੈਕਟਰ ਰੋਪੜ ਤੋਂ ਬਾਈ, ਅਤੇ ਵੀਰ ਦੇ ਇਸ ਮਹੀਨੇ ਵਧੀਆ ਦੂਆ ਤੀਆ ਟਰੈਕਟਰ ਚੱਲਿਆ, ਦੂਜਾ ਟਰੈਕਟਰ ਚੱਲਿਆ ਇਸ ਮਹੀਨੇ ਦਾ, ਠੀਕ ਹੈ ਜੀ। ਬਾਕੀ ਚਲੋ ਮਾਰਾ ਤਰੱਕੀਆਂ ਬਖਸ਼ਿਆ ਬਾਈ, ਟਰੈਕਟਰ ਵਿਕਦੇ ਰਹਿਣ। ਹੋਰ ਅਮਨ ਵੀਰੇ ਤੂੰ ਅੱਜ ਆਇਆ ਨਹੀਂ ਵੀਰੇ, ਕਿੱਧਰ ਰਿਹਾ ਅੱਜ? ਬਾਈ ਕੱਲ ਬਾਈ ਸਾਡਾ ਬਾਈ ਸਾਡਾ ਥੋੜ੍ਹਾ ਢਿੱਲਾ ਹੋ ਗਿਆ ਤਾ। ਅੱਛਾ ਕੰਮ ਕਾਰ ਖਾਸਾ ਬਾਈ ਨੂੰ ਪ੍ਰੈਸ਼ਰ ਬਹੁਤ ਬਸ। ਠੀਕ ਹੈ ਜੀ, ਠੀਕ ਹੈ ਅੰਕਲ ਜੀ, ਚੰਗਾ ਜੀ ਚੰਗਾ। ਅੱਛਾ ਬਾਈ ਕੱਲ ਬਾਈ ਨੂੰ 104 ਬੁਖਾਰ ਹੋ ਗਿਆ ਤਾ ਬਾਈ, 103-3, ਠੀਕ ਆ। ਹਾਂ ਹਾਂ ਕੱਲ ਬਹੁਤ ਢਿੱਲਾ ਲੱਗ ਗਿਆ ਤਾ, ਫਿਰ ਨੂੰ ਐਮਰਜੈਂਸੀ ਲੈ ਕੇ ਗਏ। ਇੰਨਾ ਵੀ ਨਹੀਂ ਸਾਲਿਆ, ਦੋ ਖੁਰਾਕਾਂ ਲੈ ਕੇ ਗਰਮੀ ਲਵਾ ਦੀ। ਹਰਪੀ ਵੀਰੇ ਜਿੱਦਣ ਤੂੰ ਗਿਆ ਵਾ ਕੈਂਪ ਲਾਉਣਾ, ਪਿੱਛੇ ਦੇ ਇਹਨੇ ਕੰਮ ਖਾਦਾ ਕਰ ਲਿਆ। ਉਦਣ ਗਰਮੀ ਲੱਗ ਗਈ, ਉਦਣ ਫਿਰ ਕਾਲੇ ਦੀ ਸਰਦ ਤੁਸੀਂ ਕਰੀ ਸ਼ਾਮ ਨੂੰ, ਮੈਨੂੰ ਐਂ ਦੱਸੋ ਅੱਜ ਕੋਈ ਖਾਣ ਪੀਣ ਦਾ ਪ੍ਰੋਗਰਾਮ ਹੈਗਾ ਤੁਹਾਡੇ ਵੱਲ? ਬ੍ਰੈਡ ਖਾ ਲੇ ਬਾਈ, ਖਾ ਲੇ ਹੋਰ ਨਬੇੜ ਤਾ ਕੰਮ ਬਾਈ। ਮੈਂ ਵੀ ਅੰਦਰ ਬੈਠਾ, ਮੈਂ ਚੱਲ ਮਿਲੂਗਾ ਖਾਣ। ਚੱਲ ਤੇਰਾ ਤਾਂ ਕੋਈ ਹੱਕ ਨੀ ਬਾਈ, ਵੈਸੇ ਉਦਾਂ ਦੇ ਦਿੰਦੇ ਆ ਯਾਰ ਬੰਦੇ, ਡੱਬਾ ਨਾਲੇ ਲੈ ਕੇ ਡੱਬਾ ਵੀ ਦਿੱਤਾ। ਹੋਰ ਚੱਲ ਚੱਲ ਕੋਈ ਗੱਲ ਨੀ ਬਾਈ, ਗਰਮੀ ਬਹੁਤ ਆ, ਬੰਦੇ ਅੰਦਰ ਨੂੰ ਭੱਜਦੇ ਸਾਰੇ ਹੈ। ਤੇ ਬਾਕੀ ਬਾਈ ਆਹ 50-50 ਡੀ ਇਹਨਾਂ ਦਾ, 3 ਸਪੀਡਾਂ ਵਾਲਾ ਹੈ ਵੀਰੇ। ਗਰਮੀ ਜ਼ਿਆਦਾ ਹੋ ਗਈ, ਨਹੀਂ ਮੈਨੂੰ ਨੀ ਲੱਗਦੀ ਵੀਰੇ ਗੱਲ, ਆਪਾਂ ਨੇ 50-50 ਡੀ 3 ਸਪੀਡ ਆ, ਮੈਨੂੰ ਨੀ ਲੱਗਦੀ। ਇਹ ਤਾਂ ਰੀਲਾਂ ਵੀ ਪਾ ਲੀਆਂ ਨੇ, ਇੱਕ ਵਾਰ ਦੁਬਾਰਾ ਦਿਖਾ ਦਈਏ ਮੜਾ, ਹੁਣ ਵੀ ਤਾਂ ਹੋਈ, ਹੁਣ ਕਿਹੜੇ ਬਦਲ ਜਾਣਾ। ਇੱਕ ਵਾਰ ਦੁਬਾਰਾ ਜਿਹਨਾਂ ਨੇ ਨਹੀਂ ਵੀਡੀਓ ਦੇਖੀ ਉਹਨੂੰ ਨਵੇਂ ਸਿਰੇ ਜਾਣਕਾਰੀ ਦੇ ਦੀ ਬਾਈ। ਇਹ ਬਾਈ 3 ਸਪੀਡਾਂ ਵਾਲਾ ਆਇਆ ਇਹਨਾਂ ਕੋਲ, ਅਤੇ ਆਪਾਂ ਵੈਸੇ ਪਰਸੋਂ ਇਹਦਾ ਬਲੌਗ ਪਾਇਆ ਦਾ ਪੂਰਾ ਬਣਾ ਕੇ ਬਾਈ, ਠੀਕ ਹੈ ਜੀ। ਬਾਕੀ ਟਰੈਕਟਰ ਦਾ ਦੱਸਿਆ ਤਾਂ ਹਰਪ੍ਰੀਤ ਬਾਈ ਨੇ ਵੀ ਮਾੜਾ ਮੋਟਾ ਫਰਕ ਪਾਇਆ ਹੈ, ਜਾਂ ਮੈਟ ਮੂਟ ਲਾ ਤੇ ਬਾਈ
ਸਟੀਅਰਿੰਗ ਚੇਂਜ ਕਰਤਾ, ਟਾਇਰ ਬੜੇ ਕਰਤੇ, ਹੈ ਨਾ ਬਾਈ? ਟਾਇਰ ਬੜੇ ਕਰਤੇ, ਸਪੀਡਾਂ ਤਿੰਨ ਕਰਤੀਆਂ ਜੀ। ਹਾਂ, ਇਧਰਲੇ ਪਾਸੇ ਬਾਈ ਤਿੰਨ ਸਪੀਡਾਂ ਕਰਤੀਆਂ, ਏ ਬੀ ਸੀ, ਇੱਕ ਰਿਵਰਸ, ਉਧਰਲੇ ਪਾਸੇ ਚਾਰ ਗੇਅਰ, ਉਧਰਲੇ ਪਾਸੇ ਚਾਰ ਗੇਅਰ, ਠੀਕ ਆ। ਬਾਕੀ ਇਹ ਤੋਂ ਇਲਾਵਾ ਬਾਈ ਟਾਇਰ ਇਹਦੇ 15 ਦੇ ਕਰਤੇ ਪਹਿਲਾਂ ਨੂੰ, ਹਾਂ ਪਹਿਲਾਂ 14 ਦੇ, ਹੁਣ 15 ਦੇ ਟਾਇਰ, 14। ਹਾਂ, ਬਾਕੀ ਹੋਰ ਤਾਂ ਨੇ ਬਾਈ ਤੋਂ ਇਲਾਵਾ ਕੋਈ ਚੇਂਜ ਕਰਿਆ? ਡੀਜ਼ਲ ਕੂਲਰ ਵੀ ਲਾਤਾ ਬਾਈ। ਅੱਛਾ, ਡੀਜ਼ਲ ਕੂਲਰ ਲਾਤਾ, ਅੱਛਾ ਇਹ 'ਚ ਵੀ ਲਾਤਾ, ਪਹਿਲਾਂ ਹੈ ਨਹੀਂ ਤਾਂ, ਪਹਿਲਾਂ 50 ਡੀ ਨੂੰ ਹੀ ਆਉਂਦਾ। ਠੀਕ ਆ ਬਾਈ, ਆਹੀ ਬਾਈ 5000 ਚੀਜ਼ਾਂ ਦਾ ਫਰਕ ਪਾਇਆ, ਜਾਨੀ ਕਿ ਫਿਲਟਰ ਦੇ, ਸਿੰਗਲ ਫਿਲਟਰ ਕਰਤਾ। ਹਾਂ, ਫਿਲਟਰ ਸਿੰਗਲ ਕਰਤਾ, ਸਰਵਿਸ 100 ਘੰਟੇ ਉਹਦੇ, 100 ਤੇ ਪਹਿਲੀ, ਬਾਅਦ ਚ ਸਾਰੀਆਂ 5-500 ਤੇ ਆ ਇਹਦੇ, ਮਤਲਬ ਕਿ ਆਰਡੀ ਵਾਲੇ ਰੰਮਾ। ਅੱਛਾ, ਮਤਲਬ ਕਿ ਜਿਹੜਾ ਇਹ 'ਚ ਇੰਜਨ ਆਇਲ ਪੈਣਾ ਉਹ ਦੂਆ ਸੀਆਰਡੀ ਪੈਣਾ, ਠੀਕ ਆ। ਮਤਲਬ ਕਿ ਦੂਆ ਜਿਹੜਾ ਤੁਸੀਂ ਦੂਆ ਪਾਉਂਦੇ ਆ ਉਹ ਨਹੀਂ ਪੈਣਾ, ਠੀਕ ਆ। ਯਾਨੀ ਕਿ ਫਿਰ ਸਮਝ ਲਾ ਵੀ ਅੱਧੋ ਅੱਧਾ ਫਰਕ ਪੈ ਗਿਆ, ਨਹੀਂ ਤੁਸੀਂ 200 ਘੰਟੇ ਤੇ ਕਰਦੇ ਆ, ਨਹੀਂ ਹੁਣ 250 ਘੰਟੇ ਤੇ ਆ, 200-250 ਤੇ, ਨਹੀਂ ਮਤਲਬ ਕਿ 500 ਤੇ, ਹੁਣ 500 ਤੇ, ਠੀਕ ਆ। ਉਹ ਤਾਂ ਫਿਰ ਮਤਲਬ ਕਿ ਤੇਲ ਦੀ ਕੁਆਲਿਟੀ ਦਾ ਫਰਕ ਹੋਊਗਾ, ਤੇਲ ਵਧੀਆ ਹੋਊਗਾ, ਠੀਕ ਆ, ਠੀਕ ਆ ਬਾਈ। ਬਾਕੀ ਬਾਈ ਮੇਰੇ ਹਿਸਾਬ ਨਾਲ ਜਿਹਨੇ ਛੋਟਾ ਟਰੈਕਟਰ ਲੈਣਾ ਅੱਜ ਦੇ ਟਾਈਮ 'ਚ 50 HP 'ਚ, ਜਿਹਨੇ ਮਤਲਬ ਕਿ 50-50 ਡੀ ਬਹੁਤ ਬੈਸਟ ਹੈ, ਰੇਟ ਵੀ ਘੈਂਟ ਆਇਆ ਬਾਈ, ਰੇਟ ਵੀ ਠੀਕ ਹੈ, ਰੇਟ ਵੀ ਜਾਇਜ਼, ਨਾਲੇ ਬਾਈ 50 HP ਤੁਹਾਨੂੰ ਆਪਸ਼ਨ ਮਿਲ ਗਈ ਸਪੀਡਾਂ ਦੀ, ਸਪੀਡਾਂ ਦੀ, ਠੀਕ ਆ। ਵੈਸੇ ਤਾਂ ਟਰੈਕਟਰ ਦੂਆ ਵੀ ਵਧੀਆ ਇਹਨਾਂ ਦਾ, 52-10 ਤਾਂ ਹੈ ਹੀ, ਚਲੋ ਠੀਕ ਹੈ, ਮੰਨ ਲਓ ਜਿੱਦਾਂ ਹੁਣ ਕਿਸੇ ਦੀ ਗੁੰਜਾਇਸ਼ ਨਹੀਂ ਹੁੰਦੀ ਨਾ, ਹਾਂ ਉਹ ਛੋਟਾ ਲੈਣਾ ਆਹ ਟਰੈਕਟਰ, ਸਮਝ ਲਓ ਬਾਈ ਉੱਕਾ ਪੱਕਾ 1,00,000 ਰੁਪਇਆ ਸਸਤਾ, 1,00,000 ਹੈ ਨਾ, ਹਾਂਜੀ। ਉਹ ਵੀ ਉਹ ਦੇਖਿਆ ਜਾਵੇ ਤਾਂ ਪਾਵਰ ਉਹਦੀ ਵੀ 52 ਪਾਵਰ ਹੈ, ਹਾਂ ਹਾਂ, ਪਰ ਯਾਨੀ ਕਿ ਟਰਬੋ ਲੱਗਾ ਹੋ ਬਸ, ਪਰ ਬਾਈ ਤੇਲ ਖਰਚੇ ਦਾ ਫਰਕ ਹੈ, ਤੇਲ ਖਰਚੇ ਉਹਦੇ ਨਾਲ, ਉਹ ਮੇਰੇ ਹਿਸਾਬ ਨਾਲ ਇਹ 2 ਲੀਟਰ ਤੇਲ ਘੱਟ ਖਾਊਗਾ, ਹੈ ਨਾ, ਆਰਾਮ ਨਾਲ, ਹਾਂ ਉਹਦੇ ਨਾਲ ਉਹ 2 ਲੀਟਰ ਤੇਲ ਇਹ ਟਰੈਕਟਰ ਘੱਟ ਖਾਊਗਾ, ਤੇ ਬਹੁਤ ਵਧੀਆ ਚੀਜ਼ ਆ ਬਾਈ ਜੇ ਕਿਸੇ ਨੇ ਲੈਣਾ ਟਰੈਕਟਰ 50-50 ਡੀ। ਪਹਿਲਾਂ ਇਹ 'ਚ ਆਹੀ ਕਮੀ ਦੀ ਵੀ ਸਪੀਡਾਂ ਨਹੀਂ ਤੇ, ਉਹ ਵੀ ਹੁਣ ਕੰਪਨੀ ਨੇ ਦੇ ਦਿੱਤੀ ਬਾਈ, ਠੀਕ ਆ। ਹਾਂ, ਟਾਇਰ ਵੀ ਬੜੇ ਕਰਤੇ ਬਾਈ, ਪਹਿਲਾਂ ਇਹ ਟਾਇਰਾਂ ਕਰਕੇ ਥੋੜ੍ਹਾ ਛੋਟਾ ਲੱਗਦਾ ਤਾ, ਹੁਣ ਟਾਇਰ ਬੜੇ ਕਰਤੇ, ਐਨ ਪੂਰੀ ਲੁੱਕ ਵਧੀਆ ਬਣ ਗਈ ਟਰੈਕਟਰ ਦੀ ਬਾਈ, ਠੀਕ ਆ ਜੀ। ਬਾਕੀ ਜੇ ਹੋਰ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਈ ਟਰੈਕਟਰ ਬਾਰੇ ਤਾਂ ਸਾਡੀ ਰੋਪੜ ਡੀਲਰਸ਼ਿਪ ਹੈ, ਅਤੇ ਬਾਈ ਦਾ ਆਪਾਂ ਨੇ ਦੱਸਿਆ ਵੀ ਬਾਈ ਜੌਂਡੀਅਰ ਦੇ ਵਿੱਚ ਮਿਸਤਰੀ ਆ, ਬਾਈ ਦਾ ਨੰਬਰ ਵੀ ਲੈ ਲਿਓ ਜੇ ਟਰੈਕਟਰ ਬਾਰੇ ਕੋਈ ਵੀ ਮਤਲਬ ਕਿ ਇਨਕੁਆਇਰੀ, ਕੋਈ ਰੇਟ ਦੀ ਗੱਲਬਾਤ ਕਰਨੀ ਹੋਈ ਤਾਂ। ਹਰਪ੍ਰੀਤ ਬਾਈ ਆਪਣਾ ਨੰਬਰ ਬੋਲੀ, ਆਪਣਾ ਨੰਬਰ ਭਾਜੀ ਹੈਗਾ 98-788-60-472, ਠੀਕ ਆ। ਆ ਵੀਰ ਦਾ ਨੰਬਰ ਆ, ਕਿਸੇ ਨੇ ਹੋਰ ਵੀ ਕਿਸੇ ਨੂੰ ਜੌਂਡੀਅਰ ਬਾਰੇ ਕਿਸੇ ਨੇ ਕੋਈ ਟਰੈਕਟਰ 'ਚ ਦਿੱਕਤ ਹੈ, ਕੋਈ ਪ੍ਰੋਬਲਮ ਹੈ, ਬਾਈ ਨੂੰ ਐਨੀ ਟਾਈਮ ਫੋਨ ਕਰਕੇ ਪੁੱਛ ਸਕਦਾ ਬਾਈ, ਇਹੋ ਜਿਹੀ ਗੱਲ ਨਹੀਂ ਹੈਗੀ। ਜੇ ਤੁਸੀਂ ਟਰੈਕਟਰ ਨਹੀਂ ਵੀ ਲੈਣਾ, ਕੋਈ ਚੱਕਰ ਨਹੀਂ ਹੈਗਾ, ਠੀਕ ਨਹੀਂ ਬਾਈ? ਹਾਂ ਹਾਂ, ਕਿਉਂਕਿ ਬਾਈ ਨੂੰ ਕਾਫੀ ਟਾਈਮ ਹੋ ਗਿਆ ਜੌਂਡੀਅਰ 'ਚ ਕੰਮ ਕਰਦੇ ਨੂੰ, ਵੈਸੇ ਉਮਰ ਤਾਂ ਬਾਈ ਦੀ ਛੋਟੀ ਆ, ਪਰ ਟਾਈਮ ਹੋ ਗਿਆ ਬਾਈ, ਬਾਈ ਨੂੰ 6-7 ਸਾਲ ਹੋ ਗਏ ਬਾਈ, 6-7 ਸਾਲ ਹੋ ਗਏ, ਯਾਨੀ ਕਿ ਜੌਂਡੀਅਰ ਦੀ ਬਾਈ ਐਨ ਪੂਰੀ ਨੌਲੇਜ ਰੱਖਦਾ, ਤੁਸੀਂ ਐਨੀ ਟਾਈਮ ਬਾਈ ਨੂੰ ਕਾਲ ਕਰਕੇ ਕੁਛ ਵੀ ਪੁੱਛ ਸਕਦੇ ਹੋ, ਕੋਈ ਗੱਲ ਹੀ ਨਹੀਂ ਹੈਗੀ।